नमस्कार, आप देख रहे हैं इंडिया क्राइम न्यूज 24। लुधियाना में कोरोना वायरस के चलते मोहल्ला कबीर नगर बस्ती सेखेवाल में मोहल्ले वालों की तरफ से पूरी गली में सैनिटाइजर स्प्रे किया गया। लुधियाना से हरप्रीत हनी और विनोद कश्यप की खास रिपोर्ट। प्लीज हमारे चैनल को लाइक और सब्सक्राइब करें। इंडिया क्राइम न्यूज 24, असी अज इत्थे बस्ती सेखेवाल मोहल्ला कबीर नगर दे विच आए हां, जिथे कि कुछ जिहड़े नौजवान हैगे इत्थे दे एरिए दे, ओह छिड़के कर रहे सैनिटाइजर दा। और तुसीं आप लाइव भी देख सकदे हो कि इह किद्दां इह खुद अपना उपराला आप कर रहे आ। बाकी आपां इहनां दे नाल कुछ विचार सांझे करदे हां कि इह किस बेस ते चीज़ कर रहे आ, जां इहनां नूं कोई हदायत दित्ती गई आ सरकार वल्लों जां कौंसलर ਵੱਲੋਂ ਕਿਹਾ ਗਿਆ ਕਿ ਤੁਸੀਂ ਛਿੜਕਾਅ ਕੀਤਾ ਜਾਵੇ? ਆਜੋ, ਇਹ ਜਿਹੜਾ ਤੁਸੀਂ ਛਿੜਕਾਓ ਕਰ ਰਹੇ ਹੋ ਕਿਸ ਬੇਸ 'ਤੇ ਕਰ ਰਹੇ ਹੋ, ਜਾਂ ਤੁਹਾਨੂੰ ਕੌਂਸਲਰ ਨੇ ਕਿਹਾ ਜਾਂ ਤੁਸੀਂ ਆਪਣੇ ਵੱਲੋਂ? ਅਸੀਂ ਆਪਣੇ ਵੱਲੋਂ ਹੀ ਸਾਰੇ ਜਾਣੇ, ਆਪਣੇ ਵੀਰ ਸਾਰੇ ਮੁਹੱਲੇ ਦੇ ਨਿਵਾਸੀ ਸਾਰੇ ਇਕੱਠੇ ਹੋ ਕੇ ਅਤੇ ਆਪਣੇ ਜੇਬਾਂ 'ਚੋਂ ਪੈਸੇ ਪਾ ਕੇ ਅਤੇ ਇਸ ਪ੍ਰੋਏ ਕਰ ਰਹੇ ਹਾਂ ਅਸੀਂ ਕਿ ਮੁਹੱਲੇ ਦੇ ਵਿੱਚ ਕਿ ਜਿਹੜਾ ਕਰੋਨਾ ਵਾਇਰਸ ਦਾ ਚੱਲਿਆ ਹੋਇਆ ਵਾ, ਇਹ ਉਹਦੇ ਲਈ ਵੀ ਸੇਫ ਰਹੇ ਅਸੀਂ ਸਾਰੇ ਮੁਹੱਲੇ ਵਾਲੇ, ਇਸ ਕਰਕੇ ਸਾਰਾ ਕੁਝ ਸਪਰੇਅ ਕਰ ਰਹੇ ਹਾਂ। ਇਹਦੇ ਵਿੱਚ ਕੌਂਸਲਰ ਨੇ ਤੁਹਾਡੇ ਨੇ ਕੋਈ? ਨਹੀਂ, ਕੌਂਸਲਰ ਨੇ ਕਿਹਾ ਆ ਵੀ ਤੁਸੀਂ ਸਪਰੇਅ ਕਰ ਸਕਦੇ ਹਾਂ ਵੀ, ਪਰ ਉਹਨਾਂ ਨੇ ਬਾਰ ਬਾਰ ਕਰਾਤੀ ਆ ਮੁਹੱਲੇ 'ਚ, ਤਾਂ ਉਹ ਕਹਿੰਦੇ ਨਹੀਂ ਆ ਸਕਦੀ ਗੱਡੀ, ਮੁਹੱਲੇ 'ਚ ਅਸੀਂ ਆਪ ਕਰ ਰਹੇ ਹਾਂ। ਇਹ ਆਪਣੇ ਬਲਬੂਤੇ 'ਤੇ ਹੀ ਕਰ ਰਹੇ ਆ ਜੋ ਕਰ ਰਹੇ ਆ, ਜਾਂ ਸਾਰਾ ਮੁਹੱਲੇ ਦੇ ਵਿੱਚ, ਪੂਰੇ ਮੁਹੱਲੇ ਦੇ ਵਿੱਚ ਇਹਨਾਂ ਨੇ ਛਿੜਕਾਓ ਕਰਨਾ ਹੈਗਾ ਆ? ਪੂਰੀ ਇਹ ਟੀਮ ਲੱਗੀ ਹੋਈ ਹੈ ਜਿਹੜੇ ਇਹਨਾਂ ਦੇ ਫਰੈਂਡ ਸਰਕਲ ਦੇ ਹੈਗੇ ਏਰੀਏ ਦੇ ਕਬੀਰ ਨਗਰ ਦੇ ਵਿੱਚ, ਕਬੀਰ ਨਗਰ। ਔਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਚੀਜ਼ ਬਾਰੇ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਆਪਣੇ ਮੁਹੱਲੇ ਦੀ ਸੁਰੱਖਿਆ ਵਾਸਤੇ ਅਸੀਂ ਇਹ ਕਰ ਰਹੇ ਹਾਂ ਵੀ ਸਾਨੂੰ ਕੋਈ ਬੱਚਾ ਜਾਂ ਆਪਣਾ ਕੋਈ ਕਿਸੇ ਤਰ੍ਹਾਂ ਦੀ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਅਸੀਂ ਇਸ ਕਰਕੇ ਆ ਵੀ ਆਪਣਾ ਜਿੱਦਾਂ ਵੇਗਾ ਜੋ ਵੀ ਆਪਣੇ ਸਾਰੇ ਯਾਰਾਂ ਮਿੱਤਰਾਂ ਦੇ ਨਾਲ ਸਹਿਯੋਗ ਕਰਕੇ ਅਸੀਂ ਇਹ ਛੋਟਾ ਜਿਹਾ ਕੰਮ ਕਰਨ ਲੱਗੇ, ਕੋਈ ਜੋ ਵੀ ਹੈਗਾ ਠੀਕ। ਹੁਣ ਜਿੱਦਾਂ ਦਫਾ 144 ਔਰ 188 ਲੱਗੀ ਹੋਈ ਆ, ਉਹਦੇ ਬਾਵਜੂਦ ਵੀ ਤੁਸੀਂ ਬਾਹਰ ਨਿਕਲ ਕੇ ਸਪਰੇਅ ਕਰ ਰਹੇ ਹੋ, ਇਹਦੇ ਵਿੱਚ ਉਹ ਤਾਂ ਅਸੀਂ ਚੰਗਾ ਹੀ ਕੰਮ ਕਰ ਰਹੇ ਹਾਂ, ਕੋਈ ਮਾੜਾ ਅਸੀਂ ਕਿਹੜਾ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਕਰ ਰਹੇ ਹਾਂ ਕੋਈ, ਜਾਂ ਕਿਸੇ ਕਿਸੇ ਨਾਲ ਕੋਈ ਇਕੱਠ ਕਰਦੇ ਪਏ ਹਾਂ ਅਸੀਂ? ਇਹ ਤਾਂ ਅਸੀਂ ਆਪਣੇ ਬੱਚਿਆਂ ਦੀ ਸੇਫਟੀ ਵਾਸਤੇ ਬਸ ਕਰ ਰਹੇ ਹਾਂ, ਜੋ ਕੁਛ ਵੀ ਕਰ ਰਹੇ ਅਸੀਂ ਵੈਸੇ ਪੂਰੀ ਸੇਫਟੀ ਦੇ ਵਿੱਚ ਹਾਂ ਅਸੀਂ, ਕੋਈ ਇੱਦਾਂ ਦੀ ਗੱਲ ਨਹੀਂ ਹੈਗੀ। ਅਤੇ ਇਹ ਜਿਹੜਾ ਉਪਰਾਲਾ ਕੀ ਤੁਸੀਂ ਕਿਹਾ ਹਰ ਜਗ੍ਹਾ ਹੋਣਾ ਚਾਹੀਦਾ ਜਾਂ ਕਿੱਦਾਂ? ਕਿਸ ਤਰ੍ਹਾਂ ਮਤਲਬ? ਜਿਹੜਾ ਤੁਸੀਂ ਇਹ ਕਰ ਰਹੇ ਹਾਂ ਹਰ ਮੁਹੱਲੇ ਹੋਣਾ ਚਾਹੀਦਾ? ਉਹ ਤਾਂ ਜਿੱਦਾਂ ਕਿਸੇ ਨੂੰ ਚੰਗਾ ਲੱਗਦਾ ਵਾ ਆਪਣੇ ਹਿਸਾਬ ਨਾਲ ਅਗਲਾ ਕਰ ਸਕਦਾ ਵਾ, ਜੋ ਸਾਨੂੰ ਚੰਗਾ ਲੱਗਿਆ ਅਸੀਂ ਕਰ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਜੋ ਇਹਨਾਂ ਨੂੰ ਸਹੀ ਲੱਗਾ ਹੈ ਉਹ ਕਰ ਰਹੇ ਹੈ, ਆਪਣੇ ਬਲਬੂਤੇ 'ਤੇ ਕਰ ਰਿਹਾ, ਜਿਹੜੀ ਕਿ ਆਪਣੇ ਜੇਬ 'ਚੋਂ ਪੈਸੇ ਲਗਾ ਕੇ ਕਰ ਰਿਹਾ, ਕੋਈ ਸਰਕਾਰ ਦਾ ਸਹਿਯੋਗ ਨਹੀਂ, ਇੱਥੇ ਦੇ ਏਰੀਏ ਦਾ ਕੌਂਸਲਰ ਦਾ ਕੋਈ ਸਹਿਯੋਗ ਨਹੀਂ ਹੈਗਾ। ਇੰਡੀਆ ਕ੍ਰਾਈਮ ਨਿਊਜ਼ 24।